ਦੁਨੀਆ ਨਾ ਜਪਦੀ ਕਰਤਾਰ ਸਰਾਬੇ ਦਾ। ਬਈ ਉਮਰ ਸੀ ਭਾਵੇਂ ਛੋਟੀ, ਭਗਤ ਦੇ ਸੁਪਨੇ ਵੱਡੇ ਸੀ, ਰਾਜ ਗੁਰੂ ਸਖਦੇਵ ਕੌਮ ਨੂੰ ਹੀਰੇ ਲੱਭੇ ਸੀ। ਜਿੰਨਾ ਦਿਲ ਚੋਂ ਡਰ ਨਹੀਂ ਰੱਖਿਆ ਜ਼ਾਲਮ ਦੇ ਦਾਬੇ ਦਾ, ਅੱਜ ਤੱਕ ਦੁਨੀਆ ਨਾ ਜਪਦੀ ਕਰਤਾਰ ਸਰਾਬੇ ਦਾ, ਅੱਜ ਤੱਕ ਦੁਨੀਆ ਨਾ ਜਪਦੀ ਕਰਤਾਰ ਸਰਾਬੇ ਦਾ। ਸੋ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸ਼੍ਰੀਮਾਨ ਮੈਂਬਰ ਦਰਸ਼ਨ ਸਿੰਘ ਜੀ, ਭਗਤ ਦਰਿਆ ਨੂੰ ਪੱਲ ਪਾਉਣਾ ਹੋਵੇ ਨਾ, ਦਰਿਆ ਨੂੰ ਬੰਨ ਪਾਉਣਾ ਹੋਵੇ ਉਹਦੇ ਵਿੱਚ ਕਰੈਂਟ ਜਾਂ ਕੱਢਾ ਵੱਡਾ ਉਹਦੇ ਨਾਲ ਮਸ਼ੀਨ ਚਾਹੀਦੀ ਹੈ। ਜੇਕਰ ਇਹ ਆਪਾਂ ਨੂੰ ਜਿਹੜੇ ਸਾਰੇ ਆਪਾਂ ਜੁੜਨੇ ਹੈ ਨਸ਼ੇ ਬਾਰੇ ਗੱਲ ਕਰਦੇ ਨੂੰ, ਇਹ ਨਸ਼ੇ ਬਾਰੇ ਗੱਲ ਤਾਂ ਸਾਰੇ ਕਰਦੇ ਨੂੰ, ਪਰ ਅਗਰ ਜੇ ਇਸ ਨੂੰ ਆਪਾਂ ਰੋਕੇ ਦੇਈਏ, ਨਸ਼ਾ ਜਿਹੜਾ ਉਹ ਠੇਕਾ ਖੁੱਲਿਆ ਖੜਾ ਹੈ, ਪੁੰਮਰ ਦੇ ਖੋਲੀ ਖੜਾ, ਇਹ ਕਰ ਦੇ ਹੁਣ ਬੰਦ ਹੈ ਔਰ ਮਿੰਟ ਹੈ। ਇਹ ਕਿਵੇਂ ਸ਼ਰਾਬ ਵਿਕਦਾ ਸੀ, ਇਹ ਜਿਹੜੀ ਅਫੀਮ ਹੈ ਜਾਂ ਚਿੱਟਾ ਹੈ, ਇਸ ਨੂੰ ਜਿਹੜਾ ਬੰਦਾ ਲਿਆਉਂਦਾ ਹੈ ਉਹਨੂੰ ਗੋਲੀ ਵੱਜ ਜਾਵੇ ਤੇ ਦੂਜਾ ਬੰਦਾ ਕਿਵੇਂ ਕਰਦਾ ਸੀ, ਉਹ ਕਿਵੇਂ ਕਰੇਗਾ? ਉਹਦਾ ਪਰਿਵਾਰ ਸਾਰਾ ਡਰੇਗਾ ਵੀ ਆਪਾਂ ਕੰਮ ਨਹੀਂ ਕਰਨਾ। ਸਾਰੀ ਗੌਰਮੈਂਟ ਦੀ ਸਾਰੀ ਪੁਲਿਸ ਦੀ ਹੈ, ਸਾਰਾ ਕੁਛ ਹੈ, ਇਹ ਸਿਰਫ ਆਪਾਂ ਜਿਹੜੇ ਝੰਡੇ ਚਾਹੀ ਬੰਦੇ ਨਾ, ਇਹ ਆਪਣਾ ਕੋਈ ਮੁੱਲ ਨਹੀਂ ਮਿਲਦਾ ਕਿਸੇ ਤਰ੍ਹਾਂ ਦਾ ਵੀ। ਅਗਰ ਜਿਹੜੀ ਸਰਕਾਰ ਹੈ ਉਹਦੇ ਮਤਲਬ ਕੋਈ ਜਿਹੜੇ ਸਿਰ ਤੇ ਰਾਹ ਮੱਖੀ ਨਹੀਂ ਜਿਹੜੀ ਵੀ ਤੁਸੀਂ ਬਹੁ ਕੇ ਚੁੱਪ ਕਰ ਜਾਓ। ਜੇ ਬੇਅੰਤ ਸਿੰਘ ਨੂੰ ਉਹਨਾਂ ਛੁੱਟੀ ਦਿੱਤੀ ਤੇ ਉਹਨੇ ਵੇਖ ਲਈ ਨੱਥ ਪਾਤੀ ਜਿਹੜੇ ਅੱਤਵਾਦੀ ਹੈਗੇ ਸੀ, ਤੇ ਜੇ ਯਾਰੋ ਜੇ ਪੁਲਿਸ ਨੂੰ ਤੇ ਇਹਦੇ ਹੁਣ ਮਤਲਬ ਬੁਰਾ ਲਿਖ ਕੇ ਵੀ ਤੁਸੀਂ ਇਹ ਰੋਕਣਾ ਹੀ ਰੋਕਣਾ ਹੈ, ਕਿਵੇਂ ਨਾ ਰੁਕੇਗੀ? ਫਟਾਫਟ ਉਸੇ ਟਾਈਮ ਰੁਕਦਾ ਸੀ ਤੇ ਗਰਮੀ ਬੜੀ ਹੈ ਤੇ ਉੱਥੇ ਪਤਾ ਜਿੱਥੇ ਗਰਮੀ ਬੜੀ ਪੈਂਦੀ ਪਈ ਹੈ ਤੇ ਜਲਦੀ ਮੁਕਾਈਓ ਕੰਮ ਚਾਰ ਵਜੇ। ਤੇ ਜੋ ਗੱਲ ਕਰੀਏ ਭਗਤ ਸਿੰਘ ਦੀ ਗੱਲ ਕਰੀਏ, ਔਰ ਉਸਨੇ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ। ਜੇ ਇਸੇ ਤਰ੍ਹਾਂ ਹੀ ਕੋਈ ਪਰਵਾਹ ਨਾ ਕਰੇ ਤਾਂ ਮਤਲਬ ਲੱਗੇ ਨਾ ਤੇ ਕੋਈ ਔਖਾ ਕੰਮ ਨਹੀਂ ਹੈਗਾ, ਪਰ ਕੰਮ ਔਖਾ ਸਰਕਾਰਾਂ ਹੀ ਕਰਾ ਰਹੀਆਂ ਨੂੰ। ਇੱਥੇ ਅੰਮ੍ਰਿਤ ਸਿੰਘ ਘੁੰਮਣ ਸਿੰਘ ਇੱਥੇ ਨਸ਼ੇ ਹੁਣੇ ਫੜਾ ਜਾਵੇ, ਅੱਗੇ ਆ ਜਾਓ ਅਸੀਂ ਉਹਨੇ ਥਾਣੇ ਬੱਜ ਪਾਵਾਂਗੇ, ਹੁਣੇ ਦੂਜਾ ਕੰਮ ਸਾਰਾ ਛੱਡ ਦੇਵਾਂਗੇ। ਕਿਉਂ ਅਸੀਂ ਆਪ ਕਰਾ ਰਹੇ ਕਿ ਅਸੀਂ ਨੱਥ ਪਾਈਏ ਨਾ ਉਹਦੇ ਮਗਰ ਜਾਈਏ, ਉਹ ਕਿਵੇਂ ਕਰੇਗਾ? ਇਹ ਸਾਡਾ ਹੀ ਸਾਰਾ ਕੰਮ ਹੈ ਸਰਕਾਰਾਂ ਦਾ। ਸੋ ਬਹੁਤ ਬਹੁਤ ਧੰਨਵਾਦ ਮੈਂਬਰ ਦਰਸ਼ਨ ਭਗਤ ਜੀ ਦਾ। ਬਈ ਹਰ ਕਿਸੇ ਨੂੰ ਆਪਣੀ ਪਈ ਏ, ਹਰ ਕਿਸੇ ਨੂੰ ਆਪਣੀ ਪਈ ਏ, ਮੈਂ ਆਨਾ ਬਿਲਕੁਲ ਸਹੀ ਏ। ਸੋ ਮੈਂ ਸ਼ਾਇਰੀ ਤੇ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਬੇਨਤੀ ਕਰਾਂਗਾ ਸ਼੍ਰੀਮਾਨ ਸਰਦਾਰ ਬਲਵਿੰਦਰ ਸਿੰਘ ਜੀ ਫੌਜੀ, ਜੋ ਕਿ 18 ਸਾਲ ਦੀ ਸਰਵਿਸ ਕਰਨ ਦੌਰਾਨ ਹੁਣ ਸੇਵਾ ਮੁਕਤ ਹੋਏ ਹਨ, ਸੋ ਨਸ਼ਿਆਂ ਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦੇ ਹਨ ਸ਼੍ਰੀਮਾਨ ਬਲਵਿੰਦਰ ਸਿੰਘ ਜੀ ਫੌਜੀ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਭਾਰਤ ਮਾਤਾ ਕੀ ਜੈ। ਮੈਂ ਪਿੰਡ ਦੇ ਸਮੂਹ ਪੰਚਾਇਤ ਨੰਬਰਦਾਰ ਸਾਹਿਬ, ਪ੍ਰਧਾਨ ਰਾਜ ਤਿਲਕ ਜੀ ਤੇ ਹੋਰ ਵੀ ਪਤਵੰਤੇ ਸੱਜਣਾਂ ਦਾ 73ਵੇਂ ਆਜ਼ਾਦੀ ਦਿਵਸ ਵੱਲੋਂ ਸ਼ੁਭਕਾਮਨਾਵਾਂ ਦਿੰਦਾ। ਮੈਂ ਐਡਾ ਵੱਡਾ ਬੁਲਾਰਾ ਤਾਂ ਨਹੀਂ, ਪਰ ਪ੍ਰਧਾਨ ਤਿਲਕ ਰਾਜ ਨੇ ਕੁਝ ਗੱਲਾਂ ਨਸ਼ੇ ਦੇ ਉੱਪਰ ਕੀਤੀਆਂ ਸੀ, ਮੈਂ ਵੀ ਉਹਨਾਂ ਬਾਰੇ ਕੋਈ ਚਾਨਣਾ ਪਾਉਣਾ ਚਾਹੁੰਦਾ ਕਿ ਅਸੀਂ ਲੋਕਾਂ ਦੀ ਸੋਚ ਇਹ ਹੈ ਕਿ ਨਸ਼ਾ ਫਿਰੋਜ਼ਪੁਰ ਤੋਂ ਚੱਲਿਆ ਤੇ ਕਹਿੰਦੇ ਸਾਡੇ ਘਰ ਤੋਂ ਦੂਰ ਹੈ, ਰਹਿਣ ਤੋਂ ਕੋਈ ਗੱਲ ਨਹੀਂ, ਨਸ਼ਾ ਚੱਲਦਾ ਹੋਇਆ ਜਲਾਲਾਬਾਦ ਤੱਕ ਪਹੁੰਚ ਗਿਆ, ਕਹਿੰਦੇ ਚਲੋ ਕੋਈ ਗੱਲ ਨਹੀਂ ਸਾਡੇ ਬਲਾਕ ਤੱਕ ਪਹੁੰਚਿਆ, ਧਿਆਨ ਦੇਣ ਦੀ ਕੋਈ ਲੋੜ ਨਹੀਂ, ਨਸ਼ਾ ਚੱਲਦਾ ਹੋਇਆ ਸਾਡੇ ਪਿੰਡ ਪਹੁੰਚ ਗਿਆ। ਪਰ ਅਸੀਂ ਸੋਚਦੇ ਹਾਂ ਕੋਈ ਨਹੀਂ ਸਾਡੇ ਪਿੰਡ ਹੀ ਪਹੁੰਚਿਆ, ਨਸ਼ਾ ਚੱਲਦਾ ਹੋਇਆ ਸਾਡੇ ਗੁਆਂਢ ਪਹੁੰਚ ਗਿਆ। ਪਰ ਅਸੀਂ ਸੋਚਦੇ ਹਾਂ ਕੋਈ ਗੱਲ ਨਹੀਂ ਸਾਡੇ ਘਰ ਨਹੀਂ ਹੈ ਗੁਆਂਢ ਹੀ ਹੈ, ਆਖਿਰ ਨਸ਼ਾ ਚੱਲਦਾ ਹੋਇਆ ਸਾਡੇ ਤਾਏ ਚਾਚੇ ਦੇ ਘਰ ਪਹੁੰਚ ਜਾਂਦਾ ਹੈ, ਤਾਂ ਅਸੀਂ ਸੋਚਦੇ ਹਾਂ ਕੋਈ ਗੱਲ ਨਹੀਂ ਸਾਡੇ ਘਰ ਨਹੀਂ ਨਸ਼ਾ ਸਾਡੇ ਤਾਏ ਚਾਚੇ ਘਰ ਹੈ, ਜਦੋਂ ਨਸ਼ਾ ਸਾਡੇ ਘਰ ਪਹੁੰਚ ਜਾਂਦਾ ਹੈ ਤਾਂ ਅਸੀਂ ਜਾਗਰੂਕ ਹੁੰਦੇ ਹਾਂ, ਉਦੋਂ ਤੱਕ ਤਾਂ ਸਭ ਕੁਝ ਖਤਮ ਹੋ ਚੁੱਕਾ ਹੁੰਦਾ। ਤੇ ਦੋਸਤੋ, ਨਸ਼ੇ ਨੂੰ ਰੋਕਣ ਲਈ ਘਰ ਨੂੰ ਨਹੀਂ ਦੇਖਣਾ, ਉਹਨੂੰ ਸ਼ਹਿਰ ਤੋਂ ਪਕੜਨਾ, ਉਹਨੂੰ ਪਿੰਡ ਚ ਰੋਕਣਾ, ਨਾ ਕਿ ਆਪਣੇ ਘਰ ਤੋਂ। ਜੇ ਅਸੀਂ ਵੇਟ ਕਰਦੇ ਰਹੇ, ਇੰਤਜ਼ਾਰ ਕਰਦੇ ਰਹੇ ਕਿ ਨਸ਼ਾ ਜਦੋਂ ਸਾਡੇ ਨੇੜੇ ਪਹੁੰਚੇਗਾ ਸਾਡੇ ਘਰ ਪਹੁੰਚੇਗਾ ਤਦ ਰੋਕਾਂਗੇ, ਤਾਂ ਉਦੋਂ ਤੱਕ ਚਿੜੀਆ ਖੇਤ ਚੁੱਕ ਚੁੱਕੀ ਹੁੰਦੀ ਹੈ।
दूसरा मेंबर साहब नंबरदार साहब ने भी कहा थी कि नशा नशा बंदे बहुत वेचते अपने पिंड सब तो वड्डी कुरीति सब तो वड्डी लान सब तो वड्डा कोड़ साडे पिंड च नशा वेचण वाले नूं असीं कोई नहीं रोकते सारे भाषण बयान नहीं देंदे ऐदां दा कोई अगा वध कदम जां स्टैप नहीं चकदा उहनूं छडाउण वास्ते 20 जणे चले जाणगे सोच इहनां दी की है नहीं जी साडे पिंड दा जवान बंदा उहनूं बचा नहीं रहा उन होर उस गहरी दल दल में डोब रहे ने वो साडे पिंड दे नौजवान पीढ़ी दल दल च डोब रहे ने वो नशा नूं वेचण तों नहीं रोक रहा वो तां उन होर उत्साहित कर रहे ने नहीं तू नशा लिया पिंड च वेच ते साडे नौजवान साडे छोटे छोटे बच्चों नूं खिलाफ इहनूं रोकणा तां ना इकजुट होके पिंड च नहीं घर च नहीं अपने पिंड तों बाहर कढ़न की कोशिश करनी है जे असीं फिरोजपुर चला के जलालाबाद तक ਇਹ ਨਸ਼ਾ ਆਪਣੇ ਪਿੰਡ ਤੱਕ ਤੇ ਪਿੰਡ ਤੋਂ ਘਰ ਤੱਕ ਪਹੁੰਚਾ ਸਕਦੇ ਹਾਂ ਨਾ ਕੱਢਣ ਲਈ ਸਾਨੂੰ ਬੜੇ ਠੋਸ ਬੜਾ ਉਦਮ ਕਦਮ ਚੁੱਕਣਾ ਪੈਣਾ ਤਾਂ ਜਾ ਕੇ ਨਸ਼ਾ ਖਤਮ ਹੋ ਸਕਦਾ ਤੇ ਕੀ ਤੁਹਾਡੇ ਵਿੱਚ ਕੋਈ ਹੈ ਬਾਹ ਹੱਥ ਖੜਾ ਕਰਕੇ ਕਹਿੰਦਾ ਕਿ ਮੈਂ ਇਹਦੇ ਵਿਰੁੱਧ ਜਾਣ ਨੂੰ ਤਿਆਰ ਹਾਂ ਪਰ ਕੋਈ ਨਹੀਂ ਹਾਂ ਉਹ ਮੇਰੇ ਬਜ਼ੁਰਗ ਨੇ ਹੱਥ ਖੜਾ ਕੀਤਾ ਹੈ ਕੋਈ ਹੋਰ ਕਹਿੰਦੇ ਨਸ਼ੇ ਦੇ ਵਿਰੁੱਧ ਜਾਂਦੇ ਹਾਂ ਵੀ ਸਾਡੇ ਪਿੰਡ 'ਚ ਨਸ਼ਾ ਖਤਮ ਹੋਣਾ ਚਾਹੀਦਾ ਹੈ मैं ज्यादा समा ना लेंदा होया इन्ना के शब्दां च अपने वर्डां नूं बंद करदा मेरी आन भारत है मेरी शान भारत है मेरी जान भारत है इनकलाब इनकलाब वाहेगुरु जी का खालसा वाहेगुरु जी की फतेह सो ਸਮੇਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਸਾਨੂੰ ਵਾਰ ਵਾਰ ਬੁਲਾਰਿਆਂ ਨੂੰ ਕਹਿਣਾ ਪੈ ਰਿਹਾ ਹੈ ਕਿਉਂਕਿ ਗਰਮੀ ਜਿਹੜੀ ਹੈ ਨਾ ਬੜੀ ਅੱਤ ਦੀ ਗਰਮੀ ਹੈ ਤੇ ਮੈਨੂੰ ਵੀ ਵਿੱਚੋਂ ਰੋਕਿਆ ਜਾ ਰਿਹਾ ਵੀ ਵਾਰ ਵਾਰ ਤੁਸੀਂ ਜਿਹੜੇ ਸ਼ੇਰਾਂ ਦਾ ਜ਼ਿਕਰ ਕਰਦੇ ਜੇ ਥੋੜ੍ਹਾ ਕੰਟਰੋਲ ਕਰੋ ਪਰ ਜਿੱਥੇ ਗੱਲ ਬਣਦੀ ਫਿਰ ਮੈਨੂੰ ਕਹਿਣੀ ਹੀ ਪੈਂਦੀ ਹੈ ਬਈ ਰਾਜਸਥਾਨ ਦੀ ਸੌਖੀ ਨਹੀਂ ਵੋਟ ਬਣਦੀ ਸਾਰੇ ਜਾਣਦੇ ਨੂੰ ਰਾਜਸਥਾਨ ਜੇ ਵੋਟ ਬਣ ਜਾਂਦੀ ਤਾਂ ਸਾਰਿਆਂ ਨੇ ਜਿਹੜੀਆਂ ਜ਼ਮੀਨਾਂ ਉੱਥੇ ਖਰੀਦ ਲੈਣੀਆਂ ਸਨ ਰਾਜਸਥਾਨ ਦੀ ਸੌਖੀ ਨਹੀਂ ਵੋਟ ਬਣਦੀ ਪਾਣੀ ਘੱਟ ਤੇ ਉੱਥੇ ਖੇਤ ਜ਼ਿਆਦਾ ਕਰਾਂ ਸਿਫਤ ਮੈਂ ਕੀ ਹਰਿਆਣੇ ਦੀ ਜਿਸ ਨੇ ਕੀਤੇ ਨੇ ਪੈਦਾ ਭਲਵਾਨ ਜ਼ਿਆਦਾ ਉਹ ਜਲਾਲਾਬਾਦ ਫਾਜ਼ਿਲਕਾ ਆ ਗਿਆ ਚਿੱਟੇ ਦੀ ਮਾਰ ਹੇਠਾਂ ਤੇ ਬੁੱਕੀ ਫਿਰੋਜ਼ਪੁਰ ਦੇ ਲੋਕ ਖਾਣ ਜ਼ਿਆਦਾ ਬੁੱਕੀ ਫਿਰੋਜ਼ਪੁਰ ਦੇ ਲੋਕ ਖਾਣ ਜ਼ਿਆਦਾ ਵੀ ਨਸ਼ਿਆਂ ਤੋਂ ਬਚਣਾ ਹੈ ਤੇ ਨਸ਼ਿਆਂ ਦਾ ਜਿਹੜਾ ਨਾਸ ਕਰਾਂਗੇ ਤੇ ਤਾਂ ਹੀ ਜਿਹੜਾ ਸਾਡਾ ਸਮਾਜ ਵਧੀਆ ਹੋ ਸਕਦਾ ਹੈ ਹਾਂਜੀ ਇਸ ਤੋਂ ਬਾਅਦ ਜਿਹੜੀ ਇਹ ਗੀਤ ਤੇ ਇੱਕ ਕੋਰੀਓਗ੍ਰਾਫੀ ਹੋਵੇਗੀ ਬੱਚਿਆਂ ਦੀ ਉਸ ਤੋਂ ਬਾਅਦ ਸ਼੍ਰੀਮਾਨ ਸਾਡੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਸਟਰ ਕ੍ਰਿਸ਼ਨ ਲਾਲ ਤੇ ਸ਼੍ਰੀਮਾਨ ਬਲਦੇਵ ਮਜੇਦੀਆ ਜੀ ਤਿਆਰ ਰਹਿਣ ਜੀ ਇਸ